ਹਰਕਿਸ਼ਨ ਸਿੰਘ ਸੁਰਜੀਤ, ਜਿਨ੍ਹਾਂ ਨੂੰ ਕਿੰਗ ਮੇਕਰ ਕਰਕੇ ਵੀ ਜਾਣਿਆ ਜਾਂਦਾ ਹੈ। ਉਹਨਾਂ ਦਾ ਜਨਮ 23 ਮਾਰਚ 1916 ਨੂੰ ਜਲੰਧਰ ਵਿਖੇ ਹੋਇਆ। ਹਰਕਿਸ਼ਨ ਸਿੰਘ ਸੁਰਜੀਤ ਕਮਿਊਨਿਸਟ ਪਾਰਟੀ ਆਫ ਇੰਡੀਆ ਦੇ ਜਨਰਲ ਸੈਕਟਰੀ ਵੀ ਰਹੇ। 1 ਅਗਸਤ 2008 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹੇ। ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਇੰਡੋ ਕੈਨੇਡੀਅਨ ਵਰਕਰਸ ਐਸੋਸੀਏਸ਼ਨ ਆਫ ਕੈਨੇਡਾ ਵੱਲੋਂ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਭਵਿੱਖ ਬਿਹਤਰ ਕਰਨ ਵਾਸਤੇ ਉਸ ਬੰਦੇ ਨੇ ਆਪਣੀ ਪੂਰੀ ਜ਼ਿੰਦਗੀ ਤਿਆਗ ਦਿੱਤੀ। ਔਰ ਮੇਰੇ ਖਿਆਲ ਵਿੱਚ ਜਿਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਇਹ ਉਹ ਲੋਕ ਨੇ ਕਿ ਜਿਹੜੇ ਵਾਕਈ ਸ਼ਰਧਾਂਜਲੀ ਦੇ ਮੁਸਤਹਿਕ ਨੇ। ਉਹਨਾਂ ਲੋਕਾਂ ਨੂੰ ਯਾਦ ਕਰਨਾ ਬਣਦਾ ਹੈ ਕਿ ਜਿਨ੍ਹਾਂ ਦੀ ਜ਼ਿੰਦਗੀ ਸਾਰੀ ਜ਼ਿੰਦਗੀ ਦੂਸਰਿਆਂ ਵਾਸਤੇ ਸੀ। ਲੱਖਾਂ ਹੀ ਰੋਜ਼ ਜਨਮਦੇ, ਲੱਖਾਂ ਹੀ ਇੱਥੋਂ ਜਾਂਦੇ, ਲੱਖਾਂ ਹੀ ਰੋਜ਼ ਜਨਮਦੇ, ਲੱਖਾਂ ਹੀ ਇੱਥੋਂ ਜਾਂਦੇ ਨੇ। ਬਹੁਤੇ ਜ਼ਿੰਦਗੀ ਨੂੰ ਸਮਝੇ ਬਾਅਦ ਹੀ ਤੁਰ ਜਾਂਦੇ ਨੇ। ਕਈ ਕਰਦੇ ਨੇ ਕੋਈ ਚੱਟ ਲਈ ਅਤੇ ਪੈੜਾਂ ਛੱਡ ਜਾਂਦੇ, ਫਿਰ ਪੀੜ੍ਹੀਓ ਪੀੜ੍ਹੀ ਉਹਨਾਂ ਦੇ ਨਾਂ ਦੁਹਰਾਏ ਜਾਂਦੇ ਨੇ। ਜਿਨ੍ਹਾਂ ਨੂੰ ਇਹੋ ਜਿਹੇ ਫਤਵੇ ਮਿਲੇ ਹੋਏ ਨੇ, ਅਨਕਰਾਊਂਡ ਪ੍ਰਾਈਮ ਮਿਨਿਸਟਰ ਆਫ ਇੰਡੀਆ, ਕਿੰਗ ਮੇਕਰ, ਤੇ ਜਦੋਂ ਉਹਨਾਂ ਦੀ ਤਸਵੀਰ ਵੱਲ ਦੇਖਦੇ ਹਾਂ, ਦੇਖੋ ਇੱਕ ਸਧਾਰਨ ਮਨੁੱਖ ਕੁੜਤੇ ਪਜਾਮੇ ਦੇ ਵਿੱਚ, ਪੱਗ ਵੀ ਦੇਖੋ ਇੱਕ ਸਾਡੇ ਮਾਨਯੋਗ ਪੁਰਾਣੇ ਬਜ਼ੁਰਗਾਂ, ਮੇਰੇ ਬਾਬਾ ਜੀ ਯਾਦ ਆ ਜਾਂਦੇ ਨੇ ਮੇਰੇ, ਉਹਨਾਂ ਵਰਗੀ ਪੱਗ ਬੰਨ੍ਹੀ ਹੋਈ ਆ। ਇਹ ਤੋਂ ਸਬਕ ਤਾਂ ਇਹ ਅਸੀਂ ਇਹ ਸਿੱਖਦੇ ਹਾਂ ਵੀ ਸਿੰਪਲ ਲਿਵਿੰਗ ਐਂਡ ਹਾਈ ਥਿੰਕਿੰਗ। ਔਰ ਕੋਈ ਨਹੀਂ ਜਾਣਦਾ, ਉਹ ਭਾਰਤ ਦੇ ਮਹਾਨ ਸਪੂਤ ਸਨ, ਪੰਜਾਬ ਦੇ ਜਰਨੈਲ ਸਨ, ਦੁਆਬੇ ਦੀ ਦਿਲ ਦੀ ਧੜਕਣ ਸਨ, ਜਿਹੜਾ ਮੇਰਾ ਖਿਆਲ 80 ਸਾਲ ਤੋਂ ਵੱਧ ਸਮਾਂ ਮੈਂ ਦੂਰਾਂ ਕਹਿਤੀਆਂ ਕਹਿਤੇ ਕੁਚਲੇ ਲੋਕਾਂ ਲਈ ਕੰਮ ਕੀਤਾ, ਸੰਘਰਸ਼ ਕੀਤਾ। ਅਤੇ ਮੈਂ ਦੋ ਗੱਲਾਂ ਸ਼ੇਅਰ ਕਰਨੀਆਂ ਚਾਹੁੰਦਾ ਜਿਹੜੀਆਂ ਮੈਂ ਉਹਨਾਂ ਤੋਂ ਸਿੱਖੀਆਂ ਜਾਂ ਉਹਨਾਂ ਨੇ ਦੱਸੀਆਂ ਮੈਨੂੰ ਉਸ ਟਾਈਮ ਤੋਂ। ਪਹਿਲੀ ਗੱਲ ਤਾਂ ਬੜੇ ਉੱਥੇ ਲੀਡਰ ਆਉਂਦੇ ਸੀਗੇ, ਬੜੇ ਉੱਥੇ ਪ੍ਰਾਈਮ ਮਿਨਿਸਟਰ ਆਉਂਦਾ ਸੀ, ਇੱਥੇ ਆਪਣੇ ਕਾਂਗਰਸੀ ਆਉਂਦੇ ਸੀਗੇ, ਹੋਰ ਵੱਖਰੀਆਂ ਵੱਖਰੀਆਂ ਪਾਰਟੀਆਂ ਤੋਂ ਬਹੁਤ ਉਹਨਾਂ ਨੂੰ ਸਲਾਹ ਲੈਣ ਆਉਂਦੇ ਸੀਗੇ। ਅਤੇ ਉਹ ਹਮੇਸ਼ਾ ਹੀ ਸਲਾਹ ਜਿਹੜੀ ਦਿੰਦੇ ਸੀ ਉਹ ਲੋਕਾਂ ਦੇ ਹੱਕਾਂ ਦੀ ਦਿੰਦੇ ਅਤੇ ਸਹੀ ਸਲਾਹ ਦਿੰਦੇ ਸੀਗੇ, ਬਹੁਤ ਸਪਸ਼ਟ, ਯਾਨੀ ਕਿ ਬਈ ਜਿਹੜੀ ਸਲਾਹ ਲੋਕਾਂ ਦੇ ਫਾਇਦੇਮੰਦ ਹੋਵੇ, ਇਹ ਨਹੀਂ ਵੀ ਸਾਡੀ ਪਾਰਟੀ ਨੂੰ ਹੋਵੇ ਉਹ ਸਲਾਹ ਦੇਣੀ, ਵੀ ਜਿਹੜੀ ਲੋਕਾਂ ਦੀ ਗੱਲ ਹੋਵੇ ਅਤੇ ਸੱਚੀ ਸਹੀ ਸਲਾਹ ਦਿੰਦੇ। ਇੱਕ ਤਾਂ ਗੱਲ ਮੈਂ ਉਹਨਾਂ ਤੋਂ ਇਹ ਸਿੱਖੀ ਵੀ ਜਿਹੜੀ ਸਲਾਹ ਕਿਸੇ ਨੂੰ ਦੇਣੀ ਆ, ਸਹੀ ਸਲਾਹ ਦਿਓ, ਗਲਤ ਸਲਾਹ ਨਾ ਦਿਓ। ਦੂਜੀ ਗੱਲ ਉਹਨਾਂ ਨੇ ਮੈਨੂੰ ਦੱਸੀ, ਕਹਿੰਦਾ ਕਾਕਾ ਬਈ ਇੱਥੇ ਸੀਟਾਂ ਲੈਣ ਵਾਲੇ ਵੀ ਆਉਂਦੇ ਆ, ਇੱਥੇ ਦੂਜੀਆਂ ਪਾਰਟੀਆਂ ਦੇ ਬੰਦੇ ਸੀਟਾਂ ਲੈਣ ਆਉਂਦੇ ਆ, ਸਾਡੀ ਪਾਰਟੀ 'ਚੋਂ ਆਉਂਦੇ ਆ। ਕਹਿੰਦਾ ਮੈਂ ਤੈਨੂੰ ਇੱਕ ਗੱਲ ਦੱਸਣੀ ਚਾਹੁੰਦਾ ਵੀ ਕੁਰਸੀ ਮਗਰ ਕਦੇ ਵੀ ਜਿਹੜਾ ਭੱਜਦਾ ਉਹ ਉਹਨੂੰ ਕੁਰਸੀ ਨਹੀਂ ਮਿਲਦੀ, ਉਹ ਪਰ ਦੌੜਦੀ ਆ, ਜਿਹੜਾ ਕੰਮ ਕਰਦਾ ਬੰਦਾ ਉਹਦੇ ਪਿੱਛੇ ਕੁਰਸੀ ਆਉਂਦੀ ਆ। ਮੈਂ ਉਹਨਾਂ ਤੋਂ ਦੋ ਗੱਲਾਂ ਇਹ ਸਿੱਖੀਆਂ ਅਤੇ ਮੈਨੂੰ ਬੜਾ ਮਾਣ ਆ ਵੀ ਉਹ ਉਹਨਾਂ ਦੇ ਨਾਲ ਮੈਂ 3-4 ਦਿਨ ਆਪਣੀ ਜ਼ਿੰਦਗੀ ਦੇ ਗੁਜ਼ਾਰੇ ਆ। ਉਹਨਾਂ ਨੂੰ ਮੈਂ ਸਵਾਲ ਕੀਤਾ ਕਿਉਂਕਿ ਪੱਤਰਕਾਰ ਦੇ ਤੌਰ 'ਤੇ ਮੇਰਾ ਇਹ ਸਵਾਲ ਬਣਦਾ ਸੀ ਕਿ ਜਿਹੜੇ ਤੁਹਾਡੇ ਜਿਹੜੇ ਮਾਰਕਸਵਾਦੀ ਸਮਰਥਕ ਨੇ ਉਹ ਗੁਰਦੁਆਰਾ ਸਿਆਸਤ 'ਚ ਕਿਉਂ ਦਖਲ ਦੇ ਰਹੇ ਨੇ, ਕਿਉਂ ਦਿਲਚਸਪੀ ਲੈ ਰਹੇ ਨੇ ਉਸ ਦੇ ਵਿੱਚ, ਉਹਨਾਂ ਨੂੰ ਉਸ ਤੋਂ ਪਾਸੇ ਰਹਿਣਾ ਚਾਹੀਦਾ। ਉਹਨਾਂ ਦਾ ਜਵਾਬ ਜਿਹੜਾ ਸੀ ਉਹ ਇਹ ਸੀ ਕਿ ਇਹਨਾਂ ਦੇ ਦਖਲ ਦੇ ਨਾਲ ਜਾਂ ਜਿਹੜਾ ਮੋਡਰੇਟ ਗਰੁੱਪ ਹੈ ਉਸ ਦੇ ਵਿੱਚ ਉਹਨਾਂ ਲੋਕਾਂ ਦੇ ਨਾਲ ਤੁਰਨ ਨਾਲ ਸੁਧਾਰ ਬਹੁਤ ਹੋਇਆ, ਖਾਲਿਸਤਾਨ ਦੇ ਨਾਂ 'ਤੇ ਵੱਖਵਾਦ ਦੇ ਨਾਂ 'ਤੇ ਇੱਥੇ ਪੈਸੇ ਇਕੱਠੇ ਹੋਏ ਔਰ ਬਹੁਤ ਸਮਾਜ ਨੁਕਸਾਨਿਆ ਗਿਆ, ਉਸ ਦੇ ਨਾਲ ਫਿਰਕਾਪ੍ਰਸਤੀ ਵਧੀ ਹੈ, ਉਸਨੂੰ ਆਕਸੀਜਨ ਮਿਲੀ ਹੈ, ਸੋ ਸੁਧਾਰ ਹੋਇਆ। ਸੋ ਕਹਿਣ ਦਾ ਮਤਲਬ ਜਿਹੜਾ ਇੱਥੇ ਮੋਡਰੇਟਾਂ ਦੇ ਪਿੱਛੇ ਜਿਹੜਾ ਇੱਕ ਕਾਮਰੇਡਾਂ ਦਾ ਨਾਲ ਤੁਰਨ ਫਿਰਨ ਦਾ ਕੰਮ ਸੀ, ਕਾਮਰੇਡ ਸੁਰਜੀਤ ਉਸ ਗੱਲ ਨੂੰ ਸਮਝਦੇ ਸੀ। ਔਰ ਆਮ ਤੌਰ 'ਤੇ ਧਾਰਨਾ ਇਹ ਬਣੀ ਕਿ ਜਿੰਨੇ ਵੀ ਕਾਮਰੇਡ ਨੇ ਇਹ ਧਰਮ ਦੇ ਦੋਖੀ ਨਹੀਂ ਆ, ਉਸ ਦੇ ਵਿਰੋਧੀ ਨੇ, ਸਾਰੇ ਨਾਸਤਿਕ ਨੇ, ਇਹ ਗੱਲ ਸਹੀ ਨਹੀਂ ਹੈ। ਕਾਮਰੇਡ ਸੁਰਜੀਤ ਨੇ ਖਾਲਸਾ ਪੰਥ ਬਾਰੇ, ਸਿੱਖ ਧਰਮ ਬਾਰੇ, ਜਿਹੜਾ ਸਮਾਜਵਾਦ ਦਾ ਪੱਖ ਹੈ ਉਸਦੇ ਪੱਖੋਂ ਇੱਕ ਬੜਾ ਹੀ ਆਲਾ ਲੇਖ ਲਿਖਿਆ, ਜਿਹੜਾ ਇੰਡੋ ਕੈਨੇਡੀਅਨ ਵਰਕਰ ਐਸੋਸੀਏਸ਼ਨ ਨੇ ਜਦੋਂ ਖਾਲਸੇ ਦੀ ਜਦੋਂ 3 ਸ਼ਤਾਬਦੀ ਮਨਾਈ ਗਈ ਉਸ ਦੇ ਵਿੱਚ ਜਿਹੜਾ ਸੋਵੀਨਰ ਕੱਢਿਆ ਉਸ ਵਿੱਚ ਪ੍ਰਕਾਸ਼ਿਤ ਵੀ ਹੋਇਆ, ਉਹ ਮੈਨੂੰ ਪੜ੍ਹਨ ਦਾ ਮੌਕਾ ਮਿਲਿਆ। ਪੂਰਾ ਲੇਖ ਆਪਣੇ ਆਪ ਵਿੱਚ ਬੜਾ ਕਮਾਲ ਦਾ ਥੀਸਿਸ ਹੈ। ਸੋ ਸਿੱਖ ਧਰਮ ਦੀ ਜਿਹੜੀ ਸਮਾਜਵਾਦੀ ਪਰਿਭਾਸ਼ਾ ਜਾਂ ਸਹੀ ਪਰਿਭਾਸ਼ਾ ਉਹ ਉਹਨਾਂ ਨੇ ਪੇਸ਼ ਕੀਤੀ ਹੈ, ਉਸ ਤੋਂ ਪਤਾ ਲੱਗਦਾ ਕਿ ਸਿੱਖੀ ਦੇ ਜਿਹੜੇ ਚੰਗੇ ਅਸੂਲ ਸੀਗੇ
उहदे कामरेड सुरजीत कदरदान सी और आप मानते हैं कि बबर अकाली लहर का मेरे ते असर पिया। सो कोई उन्होंने सिक्खी तो प्रॉब्लम नहीं सी। जो मैं कामरेड ढेसी उन्होंने घर उन्होंने मिलन गया इंटरव्यू करन, तो उन्होंने पिछे तस्वीर सी दसा गुरुआं दी, तो मैं हासे च कहा मैं कामरेड जी ये गुरुआं दी तस्वीर तुसीं लई बैठे हो, वो कहिंदे साडे सीगे, ये उन्होंने वर्डिंग सी। सो किसी भी पक्षों सिक्खी के खिलाफ नहीं सी। मैं इतने सू दसना चाहना कि इंडो कनेडियन वर्करस एसोसीएशन 15 साल तो साढ़े नाल है और इन्होंने कोई भी किसी किस्म की गुरमुख घर मंग नहीं की, कोई अहदा नहीं मंगया। साड़ी यह हमेशा ही फ्रेंचली मोरालिटी हर एक तरीके दे नाल मदद करते आ रहे हैं और करते रहेंगे। मैं सुनवाया पंजाब की हालात बिगाड़ने वाली कांग्रेस पार्टी आ। कांग्रेस पार्टी ने अपने सहुरे हितों की खातर पंजाब च राज करने की खातर सिखां दे विच मतवादल लीडरशिप खड़ी करन की खातर पंजाब च रौला पाया, पर बेबसी यह हुई अकाली धिरां भी उस गल नूं समझ ना सकियां, वह भी उस बैण विच बैठ गईयां। पंजाब का जो कतलेआम होया उहदे कांग्रेस सुरजीत बहुत चिंतातर सी। सो कदी भी मैं उन्हां च हंकार दा जां किसे गल दी होमे नहीं देखी। दूजा उन्हें यही सिखा लिया भाई लाइफ में सादगी संतुष्ट होना चाहिए जिस भी हालात में।